ਚਲੋ ਜੀ ਅੱਜ ਚੱਲ ਆ ਆਪਣੇ ਨਾਨਕੇ ਆਦੇ ਨਾਨਕੇ ਪਿੰਡ ਜਾਣਾ ਅੱਜ। ਦੇਖੋ ਚਿੱਕੜ ਹੋਇਆ ਪਿਆ ਬਰਸਾਤ ਕਰਕੇ। ਹਾਈਵੇ ਆ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਹੁੰਦਾ ਵਾ ਅਤੇ ਪਿੱਛੇ ਤਰਨ ਤਾਰਨ ਤੋਂ ਬਾਅਦ ਅੱਗੇ ਜਾਂਦਾ ਹਰੀਕੇ। ਜਿਹੜੇ ਪੰਜਾਬ ਆਏ ਉਹਨਾਂ ਨੂੰ ਪਤਾ ਹਰੀਕੇ ਤੋਂ ਅੱਗੇ ਫਿਰ ਮੱਕੂ ਵਗੈਰਾ ਆ ਜਾਂਦਾ ਅਤੇ ਇੱਥੇ ਹਰੀਕੇ ਤੋਂ ਇੱਥੇ ਜਾ ਕੇ ਮਾਝਾ ਖਤਮ ਹੋ ਜਾਂਦਾ, ਅੱਗੇ ਦਰਿਆ ਚਾਲੂ ਹੋ ਜਾਂਦਾ, ਉਸ ਤੋਂ ਬਾਅਦ ਦੁਆਬਾ ਆ ਜਾਂਦਾ ਅਤੇ ਇੱਧਰ ਮਾਲਵਾ ਹੁੰਦਾ ਹੈ ਨਾ, ਇੱਧਰ ਮਾਲਵਾ ਚਾਲੂ ਹੁੰਦਾ ਅਤੇ ਵਿਆਹ ਤੱਕੀ ਉੱਧਰ ਦੁਆਬਾ ਹੁੰਦਾ। ਹਰੀ ਤੋਂ ਨਿਕਲ ਕੇ ਹਰੀਕੇ ਵੱਲ, ਹਰੀਕੇ ਤੋਂ ਪਹਿਲਾਂ ਇੱਕ ਰਾਹ ਅੰਦਰ ਜਾਂਦਾ ਪਿੰਡਾਂ ਵੱਲ, ਉੱਥੇ ਪਿੰਡ ਚਾਰਜਿੰਗ ਆ ਹੋ ਗਿਆ, ਚਾਲੂ ਚਾਰਜ ਮੁੱਕ ਗਿਆ ਸੀ, ਪਹੁੰਚ ਗਏ ਪਰ ਕੈਮਰੇ ਦਾ ਚਾਰਜ ਖਤਮ ਹੋ ਗਿਆ ਸੀ ਅਤੇ ਹੁਣ ਅਸੀਂ ਪਹੁੰਚ ਗਏ ਪਿੰਡ। ਇਹ ਮੇਰੇ ਮਾਮੀ ਦੇ ਸਹੁਰੇ ਆ, ਮਾਮਾ ਜੀ ਦੇ ਸਹੁਰੇ, ਨਾਨਕੇ ਜੀ ਇੱਕ ਹਿਸਾਬ ਦੇ ਮੇਰੇ, ਮੈਂ ਬਚਪਨ ਬਹੁਤ ਕੱਟਿਆ ਇੱਥੇ, ਉਦੋਂ ਘਰ ਪੁਰਾਣਾ ਸੀ, ਹੁਣ ਇਹਨਾਂ ਨੇ ਘਰ ਦੂਸਰਾ ਪਾ ਲਿਆ ਅਤੇ ਤਾਂ ਇੱਥੇ ਆਏ, ਵਧੀਆ ਲੱਗਾ। ਹਾਂਜੀ ਲੰਗਰ ਪ੍ਰਸ਼ਾਦਾ ਛਕ ਲਿਆ, ਆਈ ਆਪਣਾ ਕੈਮਰਾ ਕੀਤਾ ਸੀ ਚਾਰਜ, ਹੁਣ ਚਾਰਜ ਹੋ ਗਿਆ। ਪਿੱਛੋਂ ਇਹਨਾਂ ਦੀਆਂ ਜ਼ਮੀਨਾਂ ਦੇਖ ਲਓ, ਇਹ ਮੇਰੇ ਮਾਮੇ ਦਾ ਮੁੰਡਾ, ਉਹ ਆਪ ਤਾਂ ਬਾਹਰ ਅਮੈਰੀਕਾ ਵਾ ਅਤੇ ਮੈਂ ਇੱਧਰ ਆਇਆ ਸੀ ਅਤੇ ਐਕਚੁਲੀ ਜਿਹੜਾ ਮੇਰਾ ਮਾਮਾ ਵਾ ਉਹਦੇ ਗਾਂ ਸਹੁਰੇ ਆ, ਸੋ ਮੇਰੀ ਮਾਮੀ ਜੀ ਇੱਥੇ ਰਹਿੰਦੇ ਆ, ਮਾਮਾ ਮੇਰਾ ਮਾਮਾ ਐਕਸਪਾਇਰ ਹੋ ਗਿਆ ਕਰਕੇ ਅਤੇ ਫਿਰ ਮੈਂ ਇੱਥੇ ਆਉਂਦਾ, ਬਚਪਨ ਤੋਂ ਆਉਂਦਾ ਇੱਥੇ, ਬਚਪਨ ਬਹੁਤ ਆਇਆ ਮੈਂ ਇਹਨਾਂ ਦਾ ਘਰ, ਪਹਿਲਾਂ ਦੂਸਰਾ ਹੁੰਦਾ ਸੀ, ਆਹ ਰੀਸੈਂਟ ਬਣਾਇਆ ਜਿਹੜਾ ਘਰ ਵਾ ਇਹ ਹੁਣ ਬਣਾਇਆ, ਪਹਿਲਾਂ ਘਰ ਉੱਥੇ ਹੁੰਦਾ ਸੀ, ਉਹ ਹੀ ਦਿਖਾਉਂਦਾ ਮੈਂ ਤੁਹਾਨੂੰ ਅਤੇ ਇੱਥੇ ਮੱਝਾਂ ਰੱਖੀਆਂ ਹੋਣੀਆਂ, ਇੰਨਾ ਹੁਣ ਵੀ ਹੈ ਡੰਗਰ ਅਤੇ ਮੈਂ ਜਦੋਂ ਲਾਈਕ 8-9 ਸਾਲ ਦਾ ਸੀ ਉਦੋਂ ਦਾ ਹੁੰਦਾ ਇੱਥੇ, ਬਹੁਤ ਛੋਟੀ ਉਮਰ ਤੋਂ ਹੁੰਦਾ, ਤਾਂ ਕਰਕੇ ਪਿੰਡ ਨਾਲ ਇੱਥੇ ਨਾ ਮਾਝਾ ਸਾਈਡ ਇੱਕ ਪਿੰਡਾਂ ਦੀਆਂ ਖਾਸੀਅਤ ਆ, ਤੁਸੀਂ ਦੇਖੋਗੇ ਨਾ ਮਾਝਾ ਸਾਈਡ ਜਿੰਨਾ ਵੀ ਆ ਇੱਥੇ ਪਿੰਡਾਂ ਨੀਲੇ ਨਿਸ਼ਾਨ ਆ, ਇੱਕ ਉਹ ਗੁਰਦੁਆਰਾ ਵਾ, ਇੱਕ ਇੱਥੇ ਆ ਪਿੱਛੇ ਅਤੇ ਹੋਰ ਵੀ ਰਸਤੇ 'ਚ ਕਈ ਤੁਸੀਂ ਦੇਖੋਗੇ ਗੁਰਦੁਆਰੇ ਪਿੰਡਾਂ ਦੇ ਵਿੱਚ, ਖਾਸ ਕਰ ਨੀਲੇ ਨਿਸ਼ਾਨ ਵਾਲੇ ਮਿਲਣਗੇ ਤੁਹਾਨੂੰ, ਇਹ ਮਾਝੇ ਦੀ ਖਾਸ ਹੈ। ਤੁਸੀਂ ਮਾਲਵਾ ਦੇ ਬਾਬਾ ਚਲ ਜਾਓ, ਉੱਧਰ ਤੁਹਾਨੂੰ ਕੇਸਰੀ ਹੀ ਮਿਲਣਗੇ, ਨੀਲੇ ਸਿਰਫ ਨਿਹੰਗਾ ਸਿੰਘਾਂ ਦੇ ਪੜਾਅ 'ਤੇ, ਇੱਥੇ ਆ ਪਿੰਡਾਂ ਦੇ ਆਮ ਗੁਰਦੁਆਰਿਆਂ 'ਚ ਵੀ ਤੁਹਾਨੂੰ ਨੀਲੇ ਨਿਸ਼ਾਨ ਮਿਲ ਜਾਂਦੇ ਆ, ਇੱਥੋਂ ਦੀ ਖਾਸੀਅਤ। ਅਤੇ ਬਾਕੀ ਠੀਕ, ਆਪਾਂ ਇੱਥੋਂ ਲੰਗਰ ਪਾਣੀ ਛਕਿਆ ਵਾ ਅਤੇ ਹੁਣ ਆਪਾਂ ਜਾਣਾ ਵਾ ਉੱਥੇ, ਕੀ ਕਹਿੰਦੇ ਜੋ ਮੇਰੇ ਐਕਚੁਅਲ ਨਾਨਕੇ, ਜਿੱਥੇ ਮੇਰੇ ਨਾਨਕੇ ਉੱਥੇ ਮੇਰੇ ਮਾਮੇ ਦਾ ਮੁੰਡਾ ਹੈ ਇੱਕ, ਅਤੇ ਉਹਨਾਂ ਕੋਲ ਜਾਣਾ, ਤੁਹਾਨੂੰ ਆ ਥੋੜ੍ਹਾ ਜਿਹਾ ਦਿਖਾਈਏ, ਦਰਸ਼ਨ ਕਰਾਈਏ। ਆਪਣਾ ਬਾਈਕ ਲੱਗੀ, ਸਾਡੇ ਮਾਮਾ ਜੀ, ਉਹ ਮਾਮਾ ਜੀ ਕੀ ਹਾਲ ਚਾਲ, ਚੜ੍ਹਦੀ ਕਲਾ ਬਸ ਵਧੀਆ। ਇਹ ਮੈਂ ਮਾਮਾ ਜੀ ਨੰਦੇੜ ਆਉਂਦੇ ਹੁੰਦੇ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਅਤੇ ਮੈਂ ਬਹੁਤ ਪਹਿਲਾਂ ਤੋਂ ਇੰਨਾ ਗੁਣ ਆਉਂਦਾ ਅਤੇ ਚਲੋ ਹੁਣ ਮੈਂ ਕਈ ਸਾਲਾਂ ਬਾਅਦ ਆਇਆ, ਤੁਹਾਨੂੰ ਬਾਹਰੋਂ ਦਿਖਾਈਏ।
ਇਹਨਾਂ ਦਾ ਐਕਚੁਅਲ ਘਰ ਉਹ ਹੁੰਦਾ ਸੀ, ਉਹ ਜਿਹੜਾ ਸਾਹਮਣੇ ਦੇਖ ਲਿਆ, ਅਤੇ ਆਹ ਪਈ ਜਾਂਦੀ ਸੀ, ਅਤੇ ਉੱਥੋਂ ਉਹਨਾਂ ਨੇ ਆਪਣਾ ਇੱਧਰ ਆ ਗਏ, ਅਤੇ ਆਹ ਹੁਣ ਇੱਧਰ ਬਣਾ ਲਿਆ। ਉਹ ਭਾਈ ਅੰਮ੍ਰਿਤ ਪਾਲ ਸੀ, ਅਤੇ ਆਹ ਡੰਗਰ, ਆਹ ਪਿੱਛੇ ਇਹਨਾਂ ਦੀ ਜ਼ਮੀਨ ਆ ਨਾਲ ਲੱਗਦੀ, ਉਹ ਵੀ ਸਾਹਮਣੇ ਵਾਲੀ ਜਿੰਨੀ, ਇਹ ਵੀ ਇਹਨਾਂ ਦੀ ਜ਼ਮੀਨ ਆ ਇੱਧਰ ਵਾਲੀ ਵੀ। ਇਧਰੋਂ ਵਾਲੀ ਤਾਂ ਮੈਂ ਸ਼ੋਰ ਨਹੀਂ ਪਤਾ ਨਹੀਂ, ਆ ਇੱਥੋਂ ਵਾਲੀ ਅਤੇ ਆ ਪਿੱਛੇ ਵਾਲੀ ਜ਼ਮੀਨ ਇਹਨਾਂ ਦੀ। ਆਹ ਡੰਗਰ ਇੱਥੇ ਬੰਨਤੇ, ਦੁਪਹਿਰਾਂ ਨੂੰ ਦੇਖੀ ਜਾਂਦੇ ਆ ਸਰ ਖੜ੍ਹ ਜਾਣੇ, ਓਏ ਖੜਗੀ ਖੜਗੀ ਹੁਣ ਭੱਜੂਗੀ। ਦੇਖੀ ਬਕਰੇ ਢਕਾਉਂਦੇ ਸਾਡੇ ਪਸ਼ੂ ਨੀ ਸਮਾਇਲ ਕਲਿਕ ਕਲਿਕ ਰਹਿੰਦੀ ਰੱਠ, ਕੋਈ ਫਰਕ ਨਹੀਂ ਇਹਨੂੰ। ਆਹ ਪਿੰਡ ਇੱਥੇ ਬੜਾ ਰਿਹਾ ਮੈਂ ਬਚਪਨ, ਛੁੱਟੀਆਂ 'ਚ ਪੱਕਾ ਇੱਥੇ ਹੁੰਦਾ ਹੁੰਦਾ ਸੀ ਮੈਂ, ਅਤੇ ਆਹ ਉੱਧਰ ਵਾ ਸਾਹਮਣੇ ਉੱਧਰ ਚਲ ਜਾਣਾ, ਉਹ ਘਰ ਰਹਿੰਦੇ ਸੀ। ਇੱਥੇ ਮੈਂ ਫਸਟ ਟਾਈਮ ਆਇਆ ਆਹ ਵਾਲੇ ਘਰ 'ਚ, ਇੱਥੇ ਪਹਿਲੀ ਵਾਰ ਆਇਆ। ਚੋਣ ਨਿਸ਼ਾਨ ਮਾਈਕ ਤੁਹਾਨੂੰ ਦਿਖਾਈਏ, ਇਸ ਪਿੰਡ 'ਚ ਬੜੀ ਵੋਟ ਪਾਈ ਭਾਈ ਅੰਮ੍ਰਿਤਪਾਲ ਸਿੰਘ ਨੂੰ, ਇਸ ਪਿੰਡ 'ਚੋਂ ਆਪ ਦੱਸਦੇ ਆ। ਆਹ ਵੇਖ ਲਓ ਇੱਥੇ ਵੀ ਗੁਰਦੁਆਰਾ ਸਾਹਿਬ, ਇੱਥੇ ਵੀ ਨੀਲਾ ਨਿਸ਼ਾਨ, ਉੱਥੇ ਹੀ ਗੁਰਦੁਆਰਾ ਪਿੱਛੇ ਦਿਖਾਇਓ ਵੀ ਨੀਲਾ ਸੀ। ਮਾਝੇ 'ਚ ਬਹੁਤ ਗੁਰਦੁਆਰਿਆਂ 'ਚ ਪਿੰਡਾਂ ਨੀਲੇ ਨਿਸ਼ਾਨ ਵਾਲੇ ਗੁਰਦੁਆਰੇ ਹੁੰਦੇ ਆ। ਦੇਖੋ ਕਿੰਨਾ ਵਧੀਆ ਨਜ਼ਾਰਾ ਨਾ, ਇੱਥੇ ਪਿੰਡਾਂ ਰਹਿਣ ਦਾ ਬਹੁਤ ਵਧੀਆ, ਬੈਟਰ ਦੈਨ ਸਿਟੀਜ਼। ਹੁਣ ਆਪਾਂ ਚਾਲਾਂ ਮਾਰਾਂਗੇ। ਮੈਂ ਮੋਸਟਲੀ, ਮੈਂ ਤੁਹਾਨੂੰ ਪਤਾ ਮੈਂ ਫੈਮਲੀ ਨਹੀਂ ਦਿਖਾਉਂਦਾ ਹੁੰਦਾ, ਨਾ ਆਪਣੀ ਨਾ ਕਿਸੇ ਦੀ, ਕਿਸੇ ਦੀ ਫੈਮਲੀ, ਕਿਉਂਕਿ ਮੈਂ ਐਵੇਂ ਵਲੋਗ 'ਤੇ ਲੈ ਕੇ ਆਵਾਂ, ਸਪੈਸ਼ਲੀ ਬੀਬੀਆਂ। ਆ ਮਾਮਾ ਜੀ ਤਾਂ ਚਲੋ ਆਪਣਾ ਖਾਸ ਆ, ਤਾਂ ਦਿਖਾਤਾ, ਨਹੀਂ ਤਾਂ ਆਪਾਂ ਐਵੇਂ ਵਲੋਗ ਦੇ ਵਿੱਚ ਫੈਮਲੀ ਨਹੀਂ ਲੈ ਕੇ ਆਈਦੀਆਂ। ਅਤੇ ਜਿਹੜੇ ਲੈ ਕੇ ਆਉਂਦੇ ਉਹਨਾਂ ਲਈ ਠੀਕ ਆ, ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਦੀ ਵੀਡੀਓ ਪਾਵਾਂ ਐਂਡ ਕੋਈ ਯੂਜ਼ ਕਰਕੇ ਉਹਨੂੰ ਮਿਸਯੂਜ਼ ਕਰ ਲਿਓ ਵੀਡੀਓ ਕਰਕੇ, ਅਤੇ ਮੈਂ ਬਲੇਮ ਨਾ ਲਵਾਂ। ਆਪ ਭਾਵੇਂ ਜੋ ਮਰਜ਼ੀ ਕੋਈ ਕਰੀ ਜਾਵੇ, ਮੈਨੂੰ ਕੋਈ ਇਸ਼ੂ ਨਹੀਂ। ਤਾਂ ਆਪਾਂ ਜ਼ਿਆਦਾ ਫੈਮਲੀ ਦਾ ਇੰਟਰੈਕਸ਼ਨ ਨਹੀਂ ਦਿਖਾਈਦਾ, ਬੜਾ ਵਧੀਆ ਵਾ, ਕੱਫਾ ਪਾਣੀ ਛਕਿਆ, ਵਾਹ ਵਾਹ ਗੱਲਾਂ ਬਾਤਾਂ ਕੀਤੀਆਂ। ਹੁਣ ਇਹ ਵੀ ਆਉਣਗੇ, ਹਜ਼ੂਰ ਸਾਹਿਬ ਆਉਣਗੇ ਕਈ ਸਾਲਾਂ ਬਾਅਦ। ਇਹ ਮੇਰੀ ਜੋ ਮਾਮੀ ਜੀ ਆ, ਇਹ ਆਏ ਸੀ ਮੇਰੇ ਖਿਆਲ 2004 'ਚ, ਅੱਜ ਤੋਂ 20 ਸਾਲ ਪਹਿਲਾਂ ਆਏ ਸੀ ਨੰਦੇੜ। ਹੁਣ ਕਹਿੰਦੇ ਅਸੀਂ ਆਵਾਂ ਨੰਦੇੜ ਆਉਣਾ ਵਾ, ਅਤੇ ਠੀਕ ਆ ਵਧੀਆ। ਆਹ ਜਿਹੜਾ ਮੇਰਾ ਮਾਮਾ, ਇਹ ਉੱਥੇ ਗੱਡੀ ਚਲਾਉਂਦੇ ਹੁੰਦੇ ਸੀ ਹਜ਼ੂਰ ਸਾਹਿਬ ਵੱਲ, ਅਤੇ ਇਹਨਾਂ ਨੇ ਫਿਰ ਘਰ ਆਉਣਾ, ਇਹਨਾਂ ਨੂੰ ਭੁੱਕੀ ਵਗੈਰਾ ਲਿਆ ਕੇ ਦੇਈਦੀ ਹੁੰਦੀ, ਨਸ਼ੇ ਪੱਤੇ, ਨਸ਼ੇ ਪੱਤੇ ਕਰਾਈਦੇ ਸੀ ਪੂਰੇ। ਅਤੇ ਠੀਕ ਆ, ਚੜ੍ਹਦੀ ਗੱਲ ਆ। ਹੁਣ ਆਪਾਂ ਨਿਕਲਾਂਗੇ ਉੱਧਰ ਨੂੰ, ਜੋ ਮੇਰੇ ਐਕਚੁਅਲ ਨਾਨਕੇ ਆ, ਉਹ ਇੱਥੋਂ ਹੈ 25 ਕਿਲੋਮੀਟਰ, ਉਹ ਅੱਗੇ ਖੇਮਕਰਨ ਸਾਹਿਬ ਵੱਲ, ਖੇਮਕਰਨ ਸਾਹਿਬ, ਖੇਮਕਰਨ ਵੱਲ, ਖੇਮਕਰਨ ਬਾਰਡਰ ਪੈ ਜਾਂਦਾ, ਇੰਡੀਆ ਪਾਕਿਸਤਾਨ ਦਾ ਬਾਰਡਰ ਆ ਖੇਮਕਰਨ 'ਤੇ। ਖੇਮਕਰਨ ਤੋਂ 10 ਕਿਲੋਮੀਟਰ ਪਹਿਲਾਂ ਆਉਂਦਾ ਘਰਿਆਲਾ, ਉਹਦੇ ਕੋਲ ਪਿੰਡ ਪੂਨੀ ਆ, ਉਹ ਆਪਣੇ ਨਾਨਕੇ ਆ। ਅਤੇ ਠੀਕ ਆ, ਚਲੋ ਛੱਡਦੀ ਗੱਲਾ, ਮਿਲਦੇ ਫਿਰ ਉੱਥੇ ਜਾ ਕੇ। ਹਾਂਜੀ ਠੀਕ ਆ ਜੀ, ਚੜ੍ਹਦੀ ਗੱਲਾਂ, ਚੜ੍ਹਦੀ ਚੜ੍ਹਦੀ ਕੀ ਦੇਖਣ ਦੇ ਫਿਲਮ। ਹਾਂਜੀ ਇਹ ਸਾਡੇ ਮਾਮਾ ਜੀ ਆ,
ਜਦੋਂ ਮੈਂ ਛੋਟੇ ਹੁੰਦੇ ਆਉਂਦਾ ਸੀ ਮੈਂ ਮਾਮਿਆਂ ਕੋਲ ਇਹਨਾਂ ਕੋਲ ਰਹਿੰਦਾ ਸੀ, ਇਹ ਇਹਨਾਂ ਕੋਲ ਮੈਂ ਬਹੁਤ ਆਪਣਾ ਜਦੋਂ ਛੁੱਟੀਆਂ 'ਚ ਆਉਣਾ ਅਤੇ ਇਹਨਾਂ ਨੇ ਮੈਨੂੰ ਲੈ ਆਉਣਾ ਇੱਥੇ, ਮੈਂ ਨਾਨਕੇ ਆ ਪੂਨਦੀਆਂ, ਪਰ ਮੈਂ ਉੱਥੇ ਹਫ਼ਤਾ ਕੀ ਰਹਿਣਾ, ਮਹੀਨਾ ਫਿਰ ਇੱਥੇ ਆ ਕੇ ਰਹਿਣਾ, ਆਹ ਸਾਡੇ ਮਾਮਾ ਜੀ ਪਾਣੀ ਰੱਖਣਾ ਪਹਿਲਾਂ ਆ ਡੱਬਾ ਤੂੰ ਹੀ ਆਉਣਾ ਪਾਣੀ ਵਾਲਾ ਡੱਬੇ 'ਚ ਆਉਣਾ, ਗੁਰਬਾਣੀ ਚੱਲਣੀ ਗੁਰਬਾਣੀ ਵੇਖਣ ਡਿਆ ਠੀਕ ਆ ਕਿਲੋਮੀਟਰ ਜਾ ਕੇ ਦਿਖਾਉਂਦੇ ਨਾਨ ਦਾ ਪਿੰਡ ਸੜਕ ਜਾਂਦੀ ਆ ਇਹ ਸੜਕ ਉੱਥੇ ਜਾਂਦੀ ਅਤੇ ਆਪਾਂ ਰਾਹ ਦੇ ਵਿੱਚੋਂ ਲੈਫਟ ਮੁੜ ਜਾਣਾ ਹਰਿਆਣੇ ਵੱਲ ਜਾਂਦਾ ਉੱਥੇ ਆਪਣੇ ਨਾਲ ਡੱਬਾ ਜੀ ਤੋਂ ਗੁਜ਼ਰੇ ਸਨ, ਹੁਣ ਅਸੀਂ ਪੱਟੀ ਮੋੜ ਤੋਂ ਲੈਫਟ ਹੋ ਗਏ ਅਤੇ ਇਹ ਰੋਡ ਜਾਂਦੀ ਆ ਘਰਿਆਲੇ ਨੂੰ, ਆਹ ਜਿਹੜੀ ਸੜਕ ਆ ਇਹ ਸਿੱਧੀ ਪਾਕਿਸਤਾਨ ਨੂੰ ਜਾਂਦੀ ਆ, ਇੱਥੇ ਅੱਗੇ ਖੇਮਗੜ੍ਹ ਆ, ਖੇਮਗੜ੍ਹ ਦੇ ਨਾਲ ਪਾਕਿਸਤਾਨ ਆ, ਸੋ ਇਹ ਸੜਕ 'ਤੇ ਜ਼ਿਆਦਾ ਨਹੀਂ ਤੁਸੀਂ 20-25 ਕਿਲੋਮੀਟਰ ਚਲੇ ਗਏ 30 ਕਿਲੋਮੀਟਰ ਤੁਹਾਨੂੰ ਪਾਕਿਸਤਾਨ ਆ ਜਾਣਾ, ਅਤੇ ਇਹ ਸੜਕ 'ਤੇ ਘਰਿਆਲਾ ਸ਼ਹਿਰ ਹੈ ਇੱਕ ਪਿੰਡ ਆ ਕਸਬਾ ਜਿਹਾ, ਉੱਥੇ ਨਾਲ ਨਾਣ ਕੇ ਆਪਣੇ ਪੂਨੀਆਂ ਉਹ ਹੀ ਆ ਸ਼ੇਰ ਸ਼ਾਹ ਵਾਲੀ, ਸ਼ੇਰ ਸ਼ਾਹ ਵਾਲੀ ਜੀ ਬੜਾ ਤਕੜਾ ਮੇਲਾ ਲੱਗਦਾ, ਬੜੇ ਬਾਬਾ ਦਲਜੀਤ ਬੱਬੂ ਮਾਨ ਸਾਰੇ ਆ ਗਏ ਮੇਰੇ ਖਿਆਲ 'ਤੇ, ਡਰਾਮਾਂ ਦੇ ਡਰੰਮ ਅਤੇ ਮਾਮਾ ਮੋਟਰ ਆ ਤੁਹਾਨੂੰ ਤਕਾਲਾ ਨੂੰ ਸਮਝਦਾ, ਇੰਨੀ ਵੀਡੀਓ ਆਉਂਦੀ ਨਾ ਬਹੁਤ ਮਸ਼ਹੂਰ ਮੋਟਰ ਆ ਘਰਿਆਲੇ ਆ, ਅੱਛਾ ਬਹੁਤ ਇੰਨੀ ਵੀਡੀਓ ਚੱਲਦੀ ਆ ਨਾ ਮੋਟਰ ਦੀ, ਪੈਸਾ ਖਰਚਿਆ ਬੰਦੇ ਨੇ ਵੇਖੋ, ਭੱਠਾ ਬਹੁਤ ਪਹਿਲਾਂ ਦਾ ਜਦੋਂ ਛੋਟੇ ਹੁੰਦੇ ਸੀ ਉਦੋਂ ਦਾ VPS ਉਦੋਂ ਪਤਾ ਨਹੀਂ ਕਿਹੋ ਜਿਹਾ ਸੀ ਪਰ ਭੱਠਾ ਹੁੰਦਾ ਸੀ ਉਦੋਂ, ਥੋੜ੍ਹਾ ਛੋਟਾ ਹੋਣਾ ਵੱਡਾ ਹੋਣਾ ਪਰ ਭੱਠਾ ਹੁੰਦਾ, ਇਹ ਚੀਜ਼ਾਂ ਨਵੀਆਂ ਬਣੀਆਂ ਇਹ ਨਹੀਂ ਸੀ ਪਹਿਲਾਂ, ਦੋਨੋਂ ਪਾਸੇ ਖੇਤ ਹੀ ਹੁੰਦੇ ਸੀ ਅਤੇ ਹੁਣ ਵੈ ਕੱਡੀ ਅਕੈਡਮੀ ਜੀ ਸਕੂਲ ਬਣ ਗਿਆ, ਸੇਂਟ ਸੋਲਜਰ ਕੋਨਵੈਂਟ ਸਕੂਲ CBSE ਜਾਂਦੇ ਪਿੰਡ ਵਾਲੇ, ਗੁਰਦੁਆਰਾ ਆ ਗਿਆ ਮਾਮਾ ਪੱਟੀ ਵਾਲਾ, ਇਹ ਵੀ ਬਾਅਦ 'ਚ ਬਣਿਆ ਲੱਗਦਾ ਮੈਂ ਬਚਪਨ 'ਚ ਨਹੀਂ ਹੁੰਦਾ, ਹੁਣ ਐਂ ਮੁੜ ਕੇ ਫਿਰ ਇੱਕ ਲੈਫਟ ਰਾਈਟ ਨਾਲ ਹੀ ਅਤੇ ਅੱਗੇ ਸੂ ਆ ਜਾਂਦਾ, ਇਹ ਗੁਰਦੁਆਰਾ ਨਹੀਂ ਸੀ ਹੁੰਦਾ ਪਹਿਲਾਂ ਇਹ ਹੁਣ ਹੀ ਬਣੇ, ਅਤੇ ਅਜੀਬ ਸਿੱਧੂ ਵਾਲਾ ਸਥਾਨ ਵੀ ਨਹੀਂ ਸੀ ਹੁੰਦਾ ਇਹ ਵੀ ਹੁਣ ਹੀ ਬਣੇ, ਹਾਂ ਇਹ ਪਿੰਡ ਨੂੰ ਆ ਵੀ ਰਾਹ ਜਾਂਦਾ ਆ ਛੱਪੜ, ਆ ਛੱਪੜ ਹੀ ਹੁਣ ਪਤਾ ਨਹੀਂ ਕੀ ਹੈ ਛੱਪੜ ਹੀ ਆ ਛੱਪੜ ਹੀ ਖਾਲੀ ਹੋਇਆ ਪਿਆ, ਪਹਿਲਾਂ ਉਹ ਭਰਿਆ ਹੋਣਾ ਅਤੇ ਡੰਗਰ ਵਿੱਚ ਹੋਣੇ ਹੁਣ ਖਾਲੀ ਹੋਇਆ ਪਿਆ, ਇਹ ਪਿੰਡ ਦੇ ਵਿੱਚ ਵੀ ਇੱਕ ਪੀਰਾਂ ਵਾਲੀ ਜਗ੍ਹਾ ਵਾ, ਆਵੇ ਆਹ ਆ ਗਈ ਆਵੇ ਆ ਬਣੀ ਆ ਪੀਰਾਂ ਦੀ ਜਗ੍ਹਾ, ਇੱਥੋਂ ਲੈਫਟ ਰਾਈਟ ਦਾ ਚ ਸੜਕ ਅਜੇ ਵੀ ਕੱਚੀ ਹੈ, ਬਣਾਉਣਗੇ ਜਿਹੜੀ
ਇਹ ਤਾਂ ਕੁਛ ਵੀ ਨਹੀਂ ਸੀ ਹੁੰਦਾ, ਹੁਣ ਕਿੰਨਾ ਬਣ ਗਿਆ। ਇਹ ਤਾਂ ਕੱਖ ਵੀ ਨਹੀਂ ਸੀ ਹੁੰਦਾ ਇੱਥੇ, ਇੰਨੀ ਜਗ੍ਹਾ 'ਤੇ ਹੁੰਦੀ ਨਹੀਂ ਸੀ। ਐਂ ਜਾਈਦਾ ਕਿੱਧਰ? ਇੱਧਰ ਬਸ, ਸਿੱਧਾ ਸਿੱਧਾ ਇੱਧਰ ਜਿੱਧਰ ਨਾਲ ਨਾਲ ਅੱਗੇ ਜਾ ਕੇ ਗਲੀ ਆਊਗੀ ਇੱਕ, ਮੇਰੇ ਖਿਆਲ ਆਹੀ ਗਲੀ ਹੈ। ਆਹ ਗਲੀ 'ਚੋਂ ਰਾਈਟ ਵਾ, ਆਹ ਬਸ ਇਹੀ ਇਹੀ ਗਲੀ ਅੱਗੇ ਵੀ ਆ ਜੂ ਵੈਸੇ ਤਾਂ। ਮੁੜਦੀ ਇੱਧਰ ਹੀ ਚੱਲ, ਇੱਧਰ ਹੀ ਕਰਦਾ ਗਲੀ ਉਹਨਾਂ ਦੇ ਉਵੇਂ ਆ, ਘਰ ਵੱਡੇ ਬਣ ਗਏ। ਉਹ ਗੁਰਦੁਆਰਾ ਆ ਗਿਆ ਨੀਲਾ ਨਿਸ਼ਾਨ ਲੱਗਾ, ਨਿਸ਼ਾਨ ਵਾਲਾ ਗੁਰਦੁਆਰਾ। ਇੱਥੇ ਇੱਧਰ ਸਕੂਲ ਆਉਣਾ ਨਾ, ਇੱਥੇ ਛੋਟਾ ਜਿਹਾ ਸਕੂਲ ਹੁੰਦਾ ਸੀ ਇੱਕ, ਇੱਥੇ ਆਹ ਜਿਹੜਾ ਆਹ ਬੜਾ ਆਹ ਸਕੂਲ ਹੀ ਆ ਜੀ, ਦੇ ਖੂਹ ਹੁੰਦਾ ਸੀ ਨਾਲ ਹੀ। ਹਾਂ, ਆਹ ਵੀ ਸਾਡੇ ਮਾਮਿਆਂ ਦਾ ਘਰ ਇੱਧਰ ਆਈ ਸੀ, ਰਾਈਟ ਰਾਈਟ। ਹਾਂ, ਆਹ ਵੀ ਸਾਡੇ ਮਾਮਿਆਂ ਦਾ ਘਰ, ਆਲਮੋਸਟ ਸਾਰੇ ਹੀ ਮਾਮਿਆਂ ਦੇ ਘਰ। ਆਹ ਘਰ ਬੰਦ ਬੁੰਦ ਹੋ ਗਿਆ, ਪੁਰਾਤਨ ਪਿੰਡ ਆ ਪੂਰਾ। ਆਹੋ ਪਰਮਾਤਮਾ ਕੁਇਕ ਵਿਊ ਆਫ ਦ ਪਿੰਡ। ਸਾਡਾ ਘਰ ਵਧੀਆ ਸੈਂਟਰ ਤੋਂ ਸਾਰਾ ਹੋ ਜਾਂਦਾ। ਦੋ ਤਿੰਨ ਗੁਰਦੁਆਰਿਆਂ ਦੇ ਨਾਲ ਇੱਕ ਪਿੰਡ, ਮੈਂ ਨਾਲ ਦੇ ਦੋ ਤਿੰਨ ਸਾਡੇ ਜੋ ਘਰ ਵਾਰ ਰਿਸ਼ਤੇਦਾਰਾਂ ਦੇ ਜਿੱਥੇ ਮੈਂ ਬਚਪਨ 'ਚ ਜਾਂਦਾ ਹੁੰਦਾ ਸੀ, ਉਹਨਾਂ ਦੇ ਘਰ ਜਾ ਕੇ ਆਇਆ। ਜਿੱਥੇ ਜਾਓ ਛਕੋ ਨਾ ਕੁਛ ਛਕਾ ਦਿੰਦੇ ਆ। ਸੁਖਪ੍ਰੀਤ ਸਿੰਘ ਸੁੱਖ ਲੈ ਰਿਹਾ, ਸੁੱਖ ਦਾ ਪ੍ਰੀਤ ਆ ਇਹਨੂੰ, ਤਾਂ ਹੀ ਸੁੱਖ ਲੈ ਰਿਹਾ। ਅਤੇ ਵਧੀਆ ਨਾਲ ਦਾ ਘਰ ਜਿਹੜਾ ਆਪਾਂ ਪਹਿਲਾਂ ਉੱਥੋਂ ਦਿਖਾਇਆ ਸੀ ਉਹ ਘਰ ਆ। ਇੱਥੇ ਨੇੜੇ ਨੇੜੇ ਜਿੰਨੇ ਘਰ ਆਲਮੋਸਟ ਸਾਰੇ ਸਾਡੇ ਮਾਮਿਆਂ ਵਗੈਰਾ ਦਾ ਹੀ ਆ। ਸੋ ਠੀਕ ਆ, ਵਧੀਆ। ਕਈ ਮੈਂ 15 ਤੋਂ ਜ਼ਿਆਦਾ 16-17 ਸਾਲ ਬਾਅਦ ਆਇਆ ਮੈਂ ਇੱਥੇ, ਐਂਡ ਚੜ੍ਹਦੀ ਕਲਾ ਗੁੱਡ ਐਕਸਪੀਰੀਅੰਸ ਆਉਣਾ ਸੀ। ਹੁਣ ਮੈਂ ਲਾਈਕ ਦਿਸ ਈਅਰ ਮੈਂ ਫਿਰ ਆਉਣਾ, ਮੰਮੀ ਦੇ ਨਾਲ ਆਉਣਾ ਦੁਬਾਰਾ। ਵੀ ਜਿੱਥੇ ਰਹੀਦਾ ਭਜੋ, ਕਿੱਥੇ ਆ ਭਜੋ, ਮੇਰੀ ਮੰਮੀ ਦਾ ਨਾਮ ਹੈ ਹਰਭਜਨ ਕੌਰ, ਇਜ਼ ਈਕੁਅਲ ਟੂ ਭਜੋ, ਪੰਜਾਬ ਦੇ ਪਿੰਡਾਂ 'ਚ ਭਜੋ ਕਿੱਥੇ ਆਇਆ ਨਾਮ ਲਾਈ, ਨਹੀਂ ਆਈ ਮਾਤਾ ਨਹੀਂ ਆਈ। ਅਤੇ ਮੈਂ ਮੰਮੀ ਦੇ ਨਾਲ ਆਉਣਾ ਦੁਬਾਰਾ, ਅਤੇ ਉਦੋਂ ਫਿਰ ਸਾਰਿਆਂ ਦੇ ਘਰ ਦੁਬਾਰਾ ਜਾਣਾ। ਉਦੋਂ ਫਿਰ ਮੈਂ ਇੱਥੇ 2-3 ਦਿਨ ਨਹੀਂ, ਮੈਂ ਕਿਹਾ ਹਫ਼ਤਾ ਹੀ ਰਹਿ ਜੇ ਇੱਥੇ, ਅਤੇ ਫਿਲਹਾਲ ਇੱਕ ਰਾਤ ਲਈ ਇੱਥੇ ਆਸਣ ਲਾਉਣੇ, ਅਤੇ ਕੱਲ੍ਹ ਸਵੇਰੇ ਚੱਲ ਆ। ਬਟ ਆਹ ਦੇਖ ਲਓ ਐਕਸਪਲੋਟੇਸ਼ਨ, ਠੀਕ ਆ ਵਿਚਾਰੀ ਉਦੋਂ ਦੀ ਦੇਖ ਰਹੀ ਵੀ ਕੌਣ ਆ ਕੈਮਰਾ ਲੈ ਕੇ ਮੈਨੂੰ ਵਲੋਗ ਕਰ ਰਿਹਾ। ਵੀ ਨਿਹੰਗ ਹੁੰਦੇ, ਨਿਹੰਗ ਡਰਨਾ, ਬੱਕਰੇ ਡਰਨ ਸਾਡੇ ਤੋਂ, ਤੂੰ ਨਾ ਡਰ। ਠੀਕ ਆ, ਚੜ੍ਹਦੀ ਕਲਾ।